मंग है जी कि असी पिछले 14 साल तो जिला परिषद के अधीन फार्मासिस्ट दर्जा कर्मचारी साढ़े नाल ने असी अपन सेवावान निभा रहे हैं, पर सरकार की सितमजरीफी है कि आप तो इन्होंने एक एक एम एल ए की एक एक मंत्री दी 7-7 पेंशन ने, पर साडा ये बुरा हाल है कि सानू पिछले 14 साल तो इन्ना क शोषण किया जा रहा वा कि सानू सिर्फ फार्मेसी अफसर 10,000 रुपया पर महीना, तो दर्जा चार कर्मचारियों सिर्फ तो सिर्फ 4500 रुपया महीना दिता जा रहा, जबकि असी पिछले 3 महीने तो कोरोना ड्यूटियां कर रहे हैं, फ्रंटलाइन पर कर रहे हैं, आइसोलेशन सेंटर में ड्यूटियां कर रहे हैं, फ्लू कॉर्नर डेस्कों पर ड्यूटियां कर रहे हैं, जेल च ड्यूटियां कर रहे हैं, एयरपोर्ट अमृतसर ड्यूटियां कर रहे हैं, पर सानू सिर्फ तो सिर्फ 10,000 रुपया महीना, जबकि दर्जा चार कर्मचारी 4500 रुपया महीना, जबकि सरकार ने साडा ये वादा किया कि तुम करोना ड्यूटियां करो तगड़े हो के असी रैगूलर का जोड़ा इस कैबिनेट में लिया रहे हैं और तुम्हें रैगूलर कर रहे हैं, असी वध चढ़ के ड्यूटियां कीतियां, पर बड़ी सितमजरीफी आ कि जब असी हुण अपने पंचायत मंत्री साहब नूं मिले हाँ तो उन्होंने कहा कि असी इस कैबिनेट च तुहाडा कुछ नहीं करे, जदों बाकी मुलाजम पक्के करांगे पंजाब दे उदों ही तुहाडा जिहड़ा ऑर्डिनेंस जारी करांगे, जो कि साडे नाल सरासर धक्का है, 10,000 रुपये का साडा तेल लग जांदा ड्यूटी ते आउण जाण लई, असी अपने परिवार कित्थों पालीए, असी अपने घर किदां चलाईए, अज असी पंचायत मंत्री ते कैप्टन का सांझा पुतला बना के इक्को छिखा ते पा के दोवां नूं साड़िया वा। साडा अगला संघर्ष 25 तरीक नूं असी मिथिया वा जी कि पूरे पंजाब दे फार्मासिस्ट जिन्हां नूं इन्हां ने हुण फार्मेसी अफसरां दा नां दिता है ते दर्जा चार कर्मचारी 25 तरीक नूं पंचायत मंत्री सरदार तृप्त रजिंदर सिंह बाजवा दी कोठी कादियां विखे आण के कोठी का घराओ करांगे ते लगातार उत्थे धरना जारी रखांगे। ਦੀ ਮੰਗ ਇਹ ਹੈਗੀ ਕਿ ਅਸੀਂ 2006 ਤੋਂ ਸਾਨੂੰ ਇਹ ਇਸੇ ਸਰਕਾਰ ਨੇ ਕਾਂਗਰਸ ਸਰਕਾਰ ਨੇ ਹੀ ਸਾਨੂੰ ਰੱਖਿਆ ਸੀਗਾ ਅਤੇ 2000 ਹੁਣ ਤੁਹਾਨੂੰ ਪਤਾ 20 ਆ ਗਈ ਹੈ, ਅਜੇ ਤੱਕ ਸਾਨੂੰ ਇਹਨਾਂ ਨੇ ਨਿਗੁਣੀਆਂ ਤਨਖਾਹਾਂ ਦੇ ਉੱਤੇ ਮਤਲਬ ਰੱਖਿਆ, ਉਹ ਕੋਈ ਪੱਕਾ ਨਹੀਂ ਕਰ ਰਹੇ। ਅਸੀਂ ਹੁਣ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਅਸੀਂ ਛੋਟੇ ਛੋਟੇ ਬੱਚੇ ਆਪਣੇ ਘਰਾਂ 'ਚ ਛੱਡ ਕੇ ਇੰਨੀ ਮੁਸ਼ਕਲ ਨਾਲ, ਅਸੀਂ ਤਾਂ ਉਹਨਾਂ ਦਾ ਮਤਲਬ ਫਿਊਚਰ ਜਿਹੜਾ ਨਾ ਸਾਡਾ ਫਿਊਚਰ ਤਾਂ ਸਰਕਾਰਾਂ ਨੇ ਖਰਾਬ ਕੀਤਾ ਹੀ ਹੋਇਆ, ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਸਾਡੇ ਬੱਚੇ ਜਿਹੜੇ ਉਹਨਾਂ ਦਾ ਫਿਊਚਰ ਵੀ ਇਹ ਨਾਲ ਹੀ ਲੈ ਕੇ ਮਤਲਬ ਡੁਬਾ ਰਹੇ ਨੇ ਗੇ ਸਾਨੂੰ। ਸਾਡੀ ਭੈਣ ਇਸੇ ਤਰ੍ਹਾਂ ਇੱਕ ਸੰਗਰੂਰ ਤੋਂ, ਉਹ ਕਰੋਨਾ ਪੋਜ਼ਿਟਿਵ ਆ ਗਈ ਆ, ਕਿੰਨੀ ਮੁਸ਼ਕਲ ਆ ਕਿ ਉਹ ਫਰੰਟ ਲਾਈਨ ਦੇ ਉੱਤੇ ਸਾਡੇ ਫਾਰਮੇਸੀ ਰੂਰਲ ਆਫੀਸਰ ਜਿਹੜੇ ਆ ਸਾਰਿਆਂ ਨੇ ਇਹਨਾਂ ਯੋਧਿਆਂ ਨੇ ਕੰਮ ਕੀਤਾ, ਤਾਂ ਅੱਜ ਆਪਾਂ ਹੀ ਲੋਕਾਂ ਨੂੰ ਉਹਨਾਂ ਦੀ ਸਿਹਤ ਨੂੰ ਠੀਕ ਕਰਦੇ ਹੋਏ ਖੁਦ ਅਸੀਂ ਉਸ ਗ੍ਰਿਫਤ ਵਿੱਚ ਆ ਗਏ ਹਾਂ। ਇਸ ਸਰਕਾਰ ਨੂੰ ਇੰਨੀ ਸ਼ਰਮ ਨਹੀਂ ਆ ਰਹੀ, ਸਾਡੇ ਮੰਤਰੀ ਸਾਹਿਬ ਨੂੰ ਨਹੀਂ ਸ਼ਰਮ ਆ ਰਹੀ ਕਿ ਉਸ ਲੜਕੀ ਦਾ ਅਸੀਂ ਪਤਾ ਕਰੀਏ, ਜਾਂ ਇਹ ਜਿਹੜੇ ਸਾਰੇ ਫਰੰਟ ਦੇ ਉੱਪਰ ਰਾਤ ਦਿਨ ਇਹਨਾਂ ਨੇ ਮਿਹਨਤਾਂ ਕੀਤੀਆਂ, ਇੱਕ ਇੱਕ ਮਤਲਬ ਘਰਾਂ ਦੇ ਵਿੱਚੋਂ ਨਿਕਲ ਕੇ ਇਹਨਾਂ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ, ਉਹਨਾਂ ਦੀ ਕੋਈ ਹੌਸਲਾ ਅਫਜਾਈ, ਉਹਨਾਂ ਨੇ ਕੋਈ ਰੈਗੂਲਰਾਈਜੇਸ਼ਨ ਕੁਛ ਨਹੀਂ, ਬਿਲਕੁਲ ਮਤਲਬ 14 ਸਾਲ ਤੋਂ ਬਾਅਦ ਕਹਿੰਦੇ ਨਾ ਰਾਮ ਜੀ ਦੇ ਬਨਵਾਸ ਕੱਟ ਕੇ ਆ ਗਏ ਸੀ ਤਾਂ ਉਹਨਾਂ ਨੇ ਖੱਟ ਲਿਆ ਸੀਗਾ, 12 ਸਾਲ ਬਾਅਦ ਰੂੜੀ ਵੀ ਸੁਣੀ ਜਾਂਦੀ, ਸਾਨੂੰ ਇਹਨਾਂ ਨੇ ਕਿਸ ਹਿਸਾਬ ਦੇ ਵਿੱਚ ਰੱਖਿਆ ਸੀ ਕਿ ਅਸੀਂ ਮਾੜੇ ਘਰਾਂ ਤੋਂ ਹਾਂ ਕਿ ਸਾਨੂੰ ਮਤਲਬ ਤੁਸੀਂ ਅਸੀਂ ਪੜ੍ਹ ਲਿਖ ਕੇ ਪੂਰੀ ਆਪਣੀ ਕੁਆਲੀਫਾਈਡ ਪਰਸਨ ਹੈਗੇ ਹਾਂ ਅਤੇ ਸਾਨੂੰ ਕੁਛ ਨਹੀਂ ਦੇ ਰਹੇ, ਅਸੀਂ ਇਹ ਸਾਡੀ ਮੰਗ ਅਖੀਰ ਦੇ ਵਿੱਚ ਇਹੀ ਹੈਗੀ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਪੇਸ ਕੇਅਰ ਸਾਨੂੰ ਪੂਰਾ ਦਿੱਤਾ ਜਾਵੇ ਅਤੇ 25 ਤਰੀਕ ਤੋਂ ਅਸੀਂ ਧਰਨਾ ਜਿਹੜਾ ਵਾ ਪੰਚਾਇਤ ਮੰਤਰੀ ਦੀ ਕੋਠੀ ਦੇ ਅੱਗੇ ਅਸੀਂ ਲਗਾ ਰਹੇ ਹਾਂ ਅਤੇ ਜ਼ਬਰਦਸਤ ਇਹ ਧਰਨਾ ਹੋਏਗਾ, ਉਦੋਂ ਤੱਕ ਇਹ ਧਰਨਾ ਹੋਏਗਾ ਜਿੰਨਾ ਚਿਰ ਇਹ ਸਾਨੂੰ ਕੋਈ ਨੋਟੀਫਿਕੇਸ਼ਨ ਸਾਡੇ ਹੱਥ ਵਿੱਚ ਨਹੀਂ ਫੜਾ ਦਿੰਦੇ। ਰਾਤ ਦਿਨ ਅਸੀਂ ਉੱਥੇ ਰਵਾਂਗੇ, ਸਾਨੂੰ ਮੰਤਰੀ ਦੇ ਘਰ ਤੱਕ ਵੀ ਜਾਣਾ ਪਿਆ ਤਾਂ ਅਸੀਂ ਉਹਨਾਂ ਦੇ ਘਰ ਤੱਕ ਵੀ ਅੰਦਰ ਵੀ ਜਾਣ ਦੀ ਕੋਸ਼ਿਸ਼ ਕਰਾਂਗੇ। ਪੰਚਾਇਤ ਮੰਤਰੀ ਮੁਰਦਾਬਾਦ।